ਹੈਲੋ ਹਾਂ ਜੀ, ਕੌਣ ਬੋਲਦੇ ਹੋ ਜੀ, ਕਿੱਥੋਂ ਬੋਲਦੇ ਹੋ? ਸਰ ਫਿਰੋਜ਼ਪੁਰ ਤੋਂ ਬੋਲ ਰਹੇ ਜੀ। ਹਾਂਜੀ, ਕੌਣ ਬੋਲ ਰਹੇ ਹੋ ਜੀ, ਕੀ ਨਾਂ ਤੁਹਾਡਾ? ਵਧੀਆ ਸਰ, ਸਤਿ ਸ਼੍ਰੀ ਅਕਾਲ ਜੀ। ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਹੋ? ਸਰ ਮੇਰੇ 5.5 ਬੈਂਡ ਆ ਤੇ ਪਲੱਸ 2 ਦੀ ਮੇਰੀ ਲਾਉਣ ਬੰਦੇ ਤੇ 80% ਨੰਬਰ ਆ ਜੀ। ਅੱਛਾ ਜੀ, ਮੇਰੀ ਬੀਬੀ ਕੀਤੀ ਹੈ ਤੇ ਮੈਂ ਕੈਨੇਡਾ ਲਈ ਅਪਲਾਈ ਕਰਨਾ ਚਾਹੁੰਦਾ। ਨਹੀਂ ਵੀਰ ਜੀ, ਹਜੇ ਨਹੀਂ ਕਰਨਾ, 6 ਬੈਂਡ ਲੈ ਕੇ ਕਰਨਾ ਆਪਾਂ, ਇਦਾਂ ਰਿਫਿਊਜ਼ਲ ਆ ਜਾਣੀ ਆਪਣੀ। 6 ਬੈਂਡ ਪੂਰੇ ਜੀ? 6 ਬੈਂਡ ਪੂਰੇ ਲੈ ਕੇ ਆਓ ਤਾਂ ਵੀਜ਼ਾ 100% ਲਵਾਵਾਂਗੇ। ਥੋੜੀ ਜਿਹੀ ਮਿਹਨਤ ਕਰੋ ਭਾਜੀ ਹੋਰ। ਠੀਕ ਹੈ, ਥੈਂਕ ਯੂ ਸਰ। ਥੈਂਕ ਯੂ ਸਰ। ਵੀਰੇ ਜੀ, ਵੀਡੀਓਜ਼ ਦੀ ਆਪਾਂ ਗੱਲ ਕਰ ਰਹੇ ਸੀਗੇ। ਹਾਂਜੀ ਹਾਂਜੀ, ਵੀਡੀਓ ਤੋਂ ਮੰਗਵਾਈਆਂ ਵੀ ਜਾ ਸਕਦੀਆਂ, ਲੋਕੀ ਤੁਹਾਡੀ ਇਸ ਵੀਡੀਓ ਤੇ ਵੀ ਸ਼ੱਕ ਕਰ ਰਹੇ ਨੇ। ਹਾਂਜੀ, ਕਰ ਲੈਣ ਜੀ, ਕੋਈ ਗੱਲ ਨਹੀਂ, ਫਿਰ ਨਾ ਜਾਣ। 2.5 ਕਰੋੜ ਵਧੀ ਹੈ ਪੰਜਾਬ ਦੀ, ਆਪਾਂ ਕਿਹੜਾ ਸਾਰੇ ਭੇਜ ਦੇਣੇ? ਜਿਹਨੂੰ ਵਿਸ਼ਵਾਸ ਹੁੰਦਾ ਅਗਲਾ ਆ ਜਾਂਦਾ। ਸਾਡੇ ਕੋਲ ਪਤਾ ਵੀਜ਼ਾ ਕੌਣ ਲਵਾਉਂਦਾ? ਲੋਕਾਂ ਨੂੰ ਲੱਗਦਾ ਮਸ਼ਹੂਰੀ ਕਰਕੇ ਵੀਜ਼ੇ ਲਵਾਉਂਦੇ। ਸਾਡੇ ਕੋਲ ਉਹ ਬੰਦਾ ਵੀਜ਼ਾ ਲਵਾਉਂਦਾ ਜਿਹਦਾ ਪਹਿਲਾਂ ਰਿਸ਼ਤੇਦਾਰ ਅਸੀਂ ਭੇਜਿਆ। ਸਾਡਾ 90% ਕਲਾਇੰਟ ਰੈਫਰੈਂਸ ਦਾ ਕਲਾਇੰਟ ਹੈ, ਜਿੱਥੋਂ ਤੁਹਾਨੂੰ ਆਰਾਮ ਆ ਜਾਂਦਾ ਨਾ ਕਿਸੇ ਡਾਕਟਰ ਤੋਂ, ਤੁਸੀਂ ਆਪਦਾ ਰਿਸ਼ਤੇਦਾਰ ਵੀ ਉੱਥੇ ਭੇਜ ਦਿਓ, ਨਾਲ ਲੈ ਕੇ ਜਾਂਦੇ ਹੋ ਕਿ ਡਾਕਟਰ ਸਾਹਿਬ ਇਹਦੇ ਵੀ ਟੀਕਾ ਲਾਓ, ਇਹ ਟੀਕੇ ਨੇ ਮੈਨੂੰ ਠੀਕ ਕੀਤਾ ਸੀ। ਅੱਜ 90% ਸਾਡੇ ਕੋਲ ਗਾਹਕ ਉਹ ਹੈ ਜਿਹਦਾ ਤੁਸੀਂ ਵੀਜ਼ਾ ਪਹਿਲਾਂ ਰਿਸ਼ਤੇਦਾਰ ਪਹੁੰਚਾ ਚੁੱਕੇ ਆ, ਜਿਹਦਾ ਭੈਣ ਭਰਾ ਸਾਡੇ ਕੋਲ ਜਾ ਚੁੱਕਾ। ਸਾਡੇ ਕੋਲ ਇਹੋ ਇਹੋ ਜਿਹੇ ਗਾਹਕ ਨੇ ਜਿਹੜਾ ਬੰਦਾ 100-100 ਬੰਦਾ ਸਾਡੇ ਕੋਲ ਵੀਜ਼ਾ ਲਵਾ ਚੁੱਕਾ। ਇਹੋ ਇਹੋ ਜਿਹੇ ਪਿੰਡ ਨੇ ਜਿਹਨਾਂ ਪਿੰਡਾਂ ਚੋਂ 50-50 ਬੱਚੇ ਅਸੀਂ ਭੇਜ ਚੁੱਕੇ ਆ। ਸਾਡੇ ਦਫ਼ਤਰ ਆਓ, ਤੁਹਾਨੂੰ ਦਿਖਾਉਂਦੇ ਆ। ਗੁੜ ਵੀ ਪਏ ਸਾਡੇ ਕੋਲ, 10 ਤਰ੍ਹਾਂ ਦਾ ਗੁੜ ਹੋਊਗਾ, ਕਈ ਤਰ੍ਹਾਂ ਦਾ ਸਾਗ ਹੋਊਗਾ, ਕੋਈ ਮੱਖਣ ਲੈ ਕੇ ਆਉਂਦਾ, ਕੋਈ ਦਹੀਂ ਕਰਾ ਕੇ ਲਿਆਉਂਦਾ, ਕੋਈ ਖੀਰ ਲੈ ਕੇ ਆਉਂਦਾ। ਮੱਖਣ ਤੁਸੀਂ ਖੁਦ ਵੀ ਲਾ ਦਿੰਦੇ ਨਾ ਲੋਕਾਂ ਵਿੱਚ? ਨਹੀਂ, ਕਹਿੰਦਾ ਮਤਲਬ ਕਿ ਜਦੋਂ ਕੋਈ ਕਲਾਇੰਟ, ਜਦੋਂ ਕਿਸੇ ਦਾ ਕੰਮ ਬਣਦਾ, ਇੱਕ ਰਿਸ਼ਤੇਦਾਰੀ ਪੈਂਦੀ ਹੈ ਲੋਕਾਂ ਨਾਲ, ਇੱਕ ਨਵਾਂ ਰਿਸ਼ਤਾ ਸ਼ੁਰੂ ਹੁੰਦਾ ਕਿਸੇ ਪਰਿਵਾਰ ਦੇ ਨਾਲ, ਪੂਰਾ ਦਾ ਪੂਰਾ ਪਰਿਵਾਰ ਖੁਸ਼ ਹੋ ਜਾਂਦਾ ਜਦੋਂ ਕਿਸੇ ਦਾ ਵੀਜ਼ਾ ਲੱਗਦਾ। ਇਹ ਬੂਟੇ ਲੱਗਦੇ ਪਏ ਆ, ਇਹ ਇਕੱਲੇ ਇਕੱਲੇ ਬੰਦੇ ਨੇ 2-2 ਲੱਖ ਰੁਪਇਆ ਕਮਾਉਣਾ ਉੱਥੇ ਜਾ ਕੇ, ਪਿੱਛੇ ਪੂਰੇ ਪਰਿਵਾਰ ਨੂੰ ਅਗਲੇ ਨੇ ਰੋਟੀ ਖਵਾ ਕੇ ਦੇਣੀ ਹੈ, ਦਵਾਈ ਲੈਣੀ ਬਜ਼ੁਰਗ ਦੀ ਉਹਨਾਂ ਪੈਸਿਆਂ ਨਾਲ। ਸਾਡੇ ਇੱਕ ਵੀਜ਼ਾ ਲਵਾਉਣ ਨਾਲ ਕਿੰਨੇ ਹੀ ਪਰਿਵਾਰ ਦੇ ਮੈਂਬਰਾਂ ਦੀ ਜ਼ਿੰਦਗੀ ਚੇਂਜ ਹੋ ਜਾਂਦੀ ਹੈ। ਸਡਨਲੀ ਰੋਟੀ ਪਾਣੀ ਚੇਂਜ ਹੋ ਜਾਂਦਾ, ਬੱਚਾ ਜਿਹਦਾ ਬਾਹਰ ਜਾਂਦਾ, ਕੱਪੜੇ ਪਾਉਣ ਦਾ ਤਰੀਕਾ ਚੇਂਜ ਹੋ ਜਾਂਦਾ, ਮੋਟਰਸਾਈਕਲ ਤੋਂ ਚੰਗਾ ਵਧੀਆ ਗੱਡੀਆਂ 'ਤੇ ਆ ਜਾਂਦੇ ਆ, ਲੋਕੀ ਸਮਾਜ ਦੇ ਵਿੱਚ ਇੱਜ਼ਤ ਮਿਲਣੀ ਸ਼ੁਰੂ ਹੋ ਜਾਂਦੀ ਹੈ। ਇਕੱਲਾ ਵੀਜ਼ਾ ਨਹੀਂ ਹੈਗਾ, ਵੀਜ਼ੇ ਦੇ ਨਾਲ ਬਹੁਤ ਸਾਰੀਆਂ ਖੁਸ਼ੀਆਂ ਜੁੜੀਆਂ ਨੇ।